ਤੇ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਜੀ ਵਿਸ਼ਕਰਮਾ ਵਾਲਿਆਂ ਦਾ 741 ਸੱਟਾ ਰਿਪਰ 2021 ਮਾਡਲ। ਤੇ ਮੈਂ ਸਟਾਰਟਿੰਗ ਗੱਲ ਕਹਿਣਾ ਚਾਹੁੰਦਾ ਸਾਰੇ ਵੀਰਾਂ ਨੂੰ, ਜਿਨ੍ਹਾਂ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਨਵੀਂ ਮਸ਼ੀਨ ਜਾਣਕਾਰੀ ਸਭ ਤੋਂ ਪਹਿਲਾਂ ਆਪਣੀ ਚੱਲਦੀ ਮਿਲਦੀ ਹੈ, ਠੀਕ ਹੈ ਜੀ। ਅਤੇ ਦੋਸਤੋ ਮੈਂ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਵਿਸ਼ਕਰਮਾ ਵੱਲੋਂ 741 ਜੋ ਅੱਜ ਹੁਣ ਫਰਵਰੀ ਚੱਲ ਰਿਹਾ, ਅਤੇ ਕੀ ਚੇਂਜਿੰਗ ਕੀਤੀ ਗਈ ਹੈ ਸਾਡਾ ਰਿਪਰ ਵਿੱਚ, ਤੁਹਾਨੂੰ ਸਾਰਾ ਕੁਝ ਦੱਸਾਂਗੇ ਜੀ, ਠੀਕ ਹੈ। ਅਤੇ ਫਤਵਰ ਸਮਾਲ ਵੱਲੋਂ ਹਾਂ ਨਾ ਕਿੱਦਾਂ ਲੱਗ ਰਿਹਾ, ਅਤੇ ਤੁਸੀਂ ਵੇਖ ਸਕਦੇ ਹੋ ਵਿਸ਼ਕਰਮਾ ਵਾਲਿਆਂ ਦਾ VAID 741 ਸਾਡਾ ਰਿਪਰ ਹੈ ਜੀ ਇਹ, ਜੋ ਇੱਕ ਨਵੀਂ ਲੁਕ ਤਿਆਰ ਕੀਤਾ ਗਿਆ। ਅਤੇ ਦੋਸਤੋ ਮੈਂ ਸਟਾਰਟਿੰਗ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਵਿਸ਼ਕਰਮਾ ਵੱਲੋਂ ਰਿਪਰ ਤਿਆਰ ਕੀਤਾ ਜਾਂਦਾ, ਅਤੇ ਇਹਦੇ ਵਿੱਚ ਖਾਸੀਅਤਾਂ ਦੋਸਤੋ ਜਿਵੇਂ ਕਿ ਮੈਂ ਰੀਲ ਦੀ ਗੱਲ ਕਰਾਂ ਤਾਂ ਪੱਲੇ ਲੱਗੇ ਹੋਏ ਨੇ ਦੋਸਤੋ, ਇਹ 4.5 mm ਦੇ ਨਾ, ਤੁਹਾਨੂੰ ਇਹ 'ਚ 4 ਪੱਲੇ ਮਿਲਦੇ ਨੇ ਲੱਗਣਗੇ, ਇਸ ਤਰ੍ਹਾਂ 4 ਪੱਲੇ ਲੱਗੇ ਹੋਏ ਨੇ ਬਹੁਤ ਨੇ ਦਿੱਖ ਵਿੱਚ। ਅਤੇ ਉਸ ਤੋਂ ਬਾਅਦ ਇੱਕ ਗੱਲ ਮੈਂ ਹੋਰ ਗੱਲ ਕਹਾਂ ਵੀ ਜੇ ਕੋਈ ਰੀਲ ਤੋਂ ਦਿੱਕਤ ਆ ਜੇ ਕਿਸੇ ਪੈਪ ਨੂੰ, ਤਾਂ 2 ਨਟ ਖੋਲੋ ਅਤੇ ਫਿਰ ਰੀਲ ਦਾ ਪੈਪ ਚੇਂਜ ਹੋ ਜਾਂਦਾ ਹੈ ਜੀ ਬਿਲਕੁਲ ਆਰਾਮ ਨਾਲ, ਠੀਕ ਹੈ। ਅਤੇ ਉਸ ਤੋਂ ਬਾਅਦ ਮੈਂ ਟੈਨ ਦੀ ਗੱਲ ਕਰਾਂ ਤਾਂ ਉਹਨਾਂ ਕੋਲ ਬਹੁਤ ਵਧੀਆ ਸਟੈਂਡਰਡ ਟੈਨ ਮਿਲਦੀ ਹੈ, ਇਹਦੇ ਵਿੱਚ ਆਪਾਂ ਨੂੰ ਜੋ 5 mm ਦੀ ਟੈਨ ਲੱਗੀ ਹੋਈ ਹੈ ਜੀ, ਅਤੇ ਠੀਕ ਹੈ ਜੀ। ਅਤੇ ਦੋਸਤੋ ਉਸ ਤੋਂ ਬਾਅਦ ਜਿਹੜਾ ਇਹਦਾ ਬਰਮ ਹੈ ਜੀ, ਬਰਮ ਦੇਖ ਸਕਦੇ ਹੋ ਬਹੁਤ ਸੋਹਣੀ ਦਿੱਖ ਵਿੱਚ ਬਰਮ ਲੱਗਿਆ ਹੈ ਜੀ ਇਹਦਾ, ਠੀਕ ਹੈ। ਅਤੇ ਉਸ ਤੋਂ ਬਾਅਦ ਦੋਸਤੋ ਬਹੁਤ ਸੋਹਣੀ ਦਿੱਖ ਵਿੱਚ ਚੂਹੇ ਲੱਗੇ ਨੇ ਇਹਦੇ 'ਚ, ਸਟੈਂਡਰ ਦੇ ਚੂਹੇ ਨੇ ਜੀ ਇਹਦੇ, ਠੀਕ ਹੈ। ਅਤੇ ਇਹਦੇ ਵਿੱਚ ਆਪਾਂ ਨੂੰ 16 ਚੂਹੇ ਮਿਲ ਜਾਣਗੇ ਜੀ, ਜੋ ਬਹੁਤ ਸੋਹਣੀ ਦਿੱਖ ਵਿੱਚ ਨੇ। ਅਤੇ ਲਓ ਜੀ ਦੋਸਤੋ, ਦੋਸਤੋ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਰੀਪਰ ਦੀ ਰੀਲ ਦੀ ਜਿਹੜੀ ਕਟਰ ਦੀ ਮਤਲਬ ਐਡਜਸਟਮੈਂਟ ਹੈ ਬਹੁਤ ਸੋਹਣੀ ਦਿੱਖ ਵਿੱਚ ਦਿੱਤੀ ਗਈ ਹੈ, ਠੀਕ ਹੈ। ਉੱਤੇ ਬੈਰਿੰਗ ਲਾਏ ਗਏ ਨੇ, ਠੀਕ ਹੈ, ਐਡਜਸਟਮੈਂਟ ਵਾਸਤੇ ਬਹੁਤ ਸੋਹਣੀ ਦਿੱਖ ਵਾਸਤੇ। ਅਤੇ ਐਸਕੋਨ ਦੇ ਪੱਟੇ ਲੱਗੇ ਹੋਏ ਨੇ ਜੀ, ਐਸਕੋਨ ਦੇ ਪੱਟੇ ਦੋਸਤੋ ਆਪਾਂ ਮੱਡਾਂ ਵਿੱਚ ਮਿਲਦੇ ਨੇ, ਠੀਕ ਹੈ, ਜੋ ਜਿਹਦੀ ਇੱਕ ਬਹੁਤ ਵਧੀਆ ਇੱਕ ਬ੍ਰਾਂਡ ਕਹਿ ਸਕਦੇ ਆਪਾਂ। ਅਤੇ ਇਹ ਚੀਜ਼ ਦੀ ਹਰ ਇੱਕ ਚੀਜ਼ ਦੀ ਫੈਸਿਲਿਟੀ ਵੱਖਰੀ ਵਧੀਆ ਪਲੱਸ ਲਾਈ ਗਈ ਇਹਦੇ ਵਿੱਚ। ਉਸ ਤੋਂ ਬਾਅਦ ਮੈਂ ਗੇਅਰ ਦੀ ਗੱਲ ਕਰਾਂ, ਜਿਹੜਾ ਆਪਾਂ ਨੂੰ ਗੇਅਰ ਮਿਲੂਗਾ ਵਿਸ਼ਕਰਮਾ ਸੱਟਾ ਰਿਪਰ ਵਿੱਚ 741 ਵਿੱਚ ਗੇਅਰ ਹੈ ਦੋਸਤੋ, ਉਹ ਇਹਨਾਂ ਦਾ ਆਪਣਾ ਖੁਦ ਦਾ ਗੇਅਰ ਹੈ ਜੀ, ਵਿਸ਼ਕਰਮਾ ਵਾਲਿਆਂ ਦਾ ਗੇਅਰ ਹੈ ਜੋ 21-21 ਦੀ ਖਿਡਾਰੀ ਨਾਲ ਤਿਆਰ ਕੀਤਾ ਗਿਆ ਜੀ, ਠੀਕ ਹੈ। ਅਤੇ ਗੇਅਰ ਇਹ ਕੰਪਨੀ ਵੱਲੋਂ CNC ਦੁਆਰਾ ਤਿਆਰ ਕੀਤਾ ਜਾਂਦਾ, ਉਰੇ ਖੁਦ ਹੀ ਤਿਆਰ ਕਰਦੇ ਨੇ, ਖੁਦ ਹੀ ਫਿਟਿੰਗ ਹੁੰਦੀ ਸਾਰੀ ਇਹਦੀ। ਅਤੇ ਉਸ ਤੋਂ ਬਾਅਦ ਜਿਹੜੀ ਇਹਦੀ ਬਾਡੀ ਹੈ ਦੋਸਤੋ ਉਹ ਹੈਗੀ ਹੈ 4.5 mm ਦੀ, ਅਤੇ ਜਿਹੜਾ ਹੁੱਡ ਹੈ ਦੋਸਤੋ ਉਹ ਹੈਗਾ 5.5 mm ਦਾ, 5.2 ਜੀ, ਠੀਕ ਹੈ। ਅਤੇ ਉਸ ਤੋਂ ਬਾਅਦ ਆਪਾਂ ਨੂੰ ਬਹੁਤ ਸੋਹਣੀ ਸ਼ੀਲਡਾਂ ਲੱਗੀਆਂ ਹੋਈਆਂ ਨੇ ਜੀ ਫਰੰਟ, ਠੀਕ ਹੈ, ਫਰੰਟ 'ਤੇ ਬਹੁਤ ਸੋਹਣੀ ਦਿੱਖ ਵਿੱਚ ਡਿਜ਼ਾਇਨ ਤਿਆਰ ਕੀਤਾ ਗਿਆ, ਬਹੁਤ ਸੋਹਣੀ ਦਿੱਖ 'ਚ ਘੋੜੀ ਲੱਗੀ ਹੋਈ ਹੈ ਜੀ, ਤੁਸੀਂ ਦੇਖ ਸਕਦੇ ਹੋ। ਅਤੇ ਦੋਸਤੋ ਤੁਸੀਂ ਸਾਈਡ ਤੋਂ ਦੇਖ ਸਕਦੇ ਹੋ ਬਹੁਤ ਸੋਹਣੇ ਸਾਈਡ 'ਤੇ ਪੱਲੇ ਲੱਗੇ ਹੋਏ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਜਿੰਨੇ ਵੀ ਇਹਦੀਆਂ ਕਵਰ ਨੇ, ਬੈਲਟ, ਥ੍ਰੈਸ ਪੁਲੀਆਂ ਨੇ, ਸਾਰਿਆਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਕਵਰ ਕੀਤਾ ਗਿਆ ਜੀ, ਠੀਕ ਹੈ। ਅਤੇ ਰੋਲਾ ਟਰੇ ਦੇਖ ਸਕਦੇ ਹੋ, ਵਿਸ਼ਕਰਮਾ 741 ਦੀ ਰੋਲਾ ਟਰੇ ਲੱਗੀ ਹੋਈ ਹੈ, ਬਹੁਤ ਸੋਹਣੀ ਦਿੱਖ 'ਚ ਰੋਲਾ ਟਰੇ ਲੱਗੀ ਹੋਈ ਹੈ ਜੀ, ਠੀਕ ਹੈ। ਉਹ ਖੁੱਲ ਜਾਂਦੀ ਹੈ, ਇੱਕ ਜੇਨੂਅਨ ਤਰੀਕਾ ਲੱਗਿਆ, ਜੇਨੂਅਨ ਤਰੀਕਾ ਹੁੰਦਾ ਜਿਹੜਾ ਅਸਲੀ ਤਰੀਕਾ ਹੁੰਦਾ ਰੋਲਾ ਟਰੇ ਦਾ, ਉਹ ਲੱਗਿਆ ਹੋਇਆ ਦੋਸਤੋ। ਕੁਝ ਕੰਪਨੀਆਂ ਐਡਜਸਟਮੈਂਟ ਕਰਕੇ ਦੇ ਦਿੰਦੀਆਂ ਜੀ ਬਹੁਤ ਕੁਛ ਆਰਾਮ ਨੂਮ ਨਾਲ, ਉਹ ਡਿੱਗ ਰੋਲਾ ਟਰੇ ਬਾਬਾ ਡਿੱਗੀ ਜਾਂਦੀ ਹੈ, ਕਿਸਾਨ ਵੀ ਨੂੰ ਦਿੱਕਤ ਆਉਂਦੀ ਹੈ। ਅਤੇ ਵਿਸ਼ਕਰਮਾ 741 ਵਿੱਚ ਪੂਰੀ ਫੈਸਿਲਿਟੀ ਨਾਲ ਇੱਕ ਰੋਲਾ ਟਰੇ ਜਿਹੜੀ ਹੁੰਦੀ ਹੈ ਕੰਫਰਟੇਬਲ ਤਿਆਰ ਕੀਤੀ ਜਾਂਦੀ ਹੈ ਜੀ, ਠੀਕ ਹੈ। ਅਤੇ ਆਹ ਦੇਖੋ ਇਹਨਾਂ ਨੇ ਦੱਸਿਆ ਵੀ ਬਾਬਾ ਰੋਲਾ ਟਰੇ ਖੋਲ੍ਹਣੇ ਪਰ ਹੈ, ਤੁਸੀਂ ਇਹਨੂੰ ਆਪਾਂ ਆਪਣੇ ਹਿਸਾਬ ਨਾਲ ਐਡਜਸਟਮੈਂਟ ਕਰ ਸਕਦੇ ਹੋ ਵੀ ਇਹਨੂੰ ਸਹੀ ਕਰ ਸਕਦੇ ਹੋ ਵੀ, ਠੀਕ ਹੈ ਜੀ। ਅਤੇ ਜੇ ਬਾਅਦ ਦਿੱਕਤ ਆਉਂਦੀ ਆ ਬਾਬਾ ਤੁਸੀਂ ਨਾ ਨਟ ਨੂੰ ਆਹ ਦੇਖੋ ਇਹਨਾਂ ਨੇ ਉਹ ਦਿੱਤਾ ਹੈ ਡੱਬੀ, ਤੁਸੀਂ ਇਹਨੂੰ ਐਡਜਸਟਮੈਂਟ ਕਰ ਸਕਦੇ ਹੋ, ਰੋਲਾ ਟਰੇ ਬਾਬਾ ਨਹੀਂ ਗਿਰੂਗੀ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜੀ ਸਾਈਡ 'ਤੇ ਤੁਸੀਂ ਜਿਹੜੀ ਮੈਂ ਹੋਰ ਦੱਸਣਾ ਚਾਹੁੰਦਾ ਵੀ ਥ੍ਰੈਸਰ ਸਾਵਟਾਂ ਹੋ ਗਈਆਂ ਅਤੇ ਸਾਰਿਆਂ ਨੂੰ ਇੱਕ ਵਧੀਆ ਕਵਰ ਕੀਤਾ ਗਿਆ। ਅਤੇ ਥ੍ਰੈਸਰ ਦੀ ਗੱਲ ਕਰਾਂ ਤਾਂ 252 ਪਲੇਟ ਲਾਏ ਗਏ ਨੇ ਥ੍ਰੈਸਰ ਵਿੱਚ ਜੀ। ਅਤੇ ਉਸ ਤੋਂ ਬਾਅਦ ਟਾਇਰਾਂ ਦੀ ਗੱਲ ਕਰ ਤੁਸੀਂ ਟਾਇਰ ਦੇਖ ਸਕਦੇ ਹੋ, MRF ਦੇ ਟਾਇਰ ਨੇ ਜੀ, 719 ਦੇ ਉੱਤੇ ਬਹੁਤ ਸੋਹਣਾ ਕਵਰ ਲੱਗੇ ਨੇ ਉੱਤੇ ਬੈਕ ਸਾਈਡ, ਜਿੱਦਾਂ ਮਾਡਵਾਂ ਕੋਲ ਕਵਰ ਲੱਗੇ ਨੇ ਬਹੁਤ ਸੋਹਣਾ ਇਹਦੇ ਕਵਰ ਲਾਏ ਗਏ ਨੇ ਟਾਇਰਾਂ 'ਤੇ। ਅਤੇ ਉਸ ਤੋਂ ਬਾਅਦ ਬਹੁਤ ਸੋਹਣੇ ਲੋਕ ਲੱਗੇ ਹੋਏ ਨੇ ਖੋਲ੍ਹਣ ਵਾਸਤੇ, ਟੂਲ ਦੇਖ ਸਕਦੇ ਹੋ ਉੱਤੇ ਆਪਾਂ ਟੂਲ ਮਿਲ ਜਾਂਦਾ ਜੀ, ਠੀਕ ਹੈ। 2021 ਮਾਡਲ ਹੈ ਜੀ ਇਹ, ਆਜ ਦੋਸਤੋ ਤੁਸੀਂ ਦਿਖਾਉਣਾ ਕਿੱਦਾਂ ਲੱਗ ਰਿਹਾ। ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਹੋਰ ਦਿਖਾਉਣਾ ਕਿੱਦਾਂ ਲੱਗ ਰਿਹਾ, ਬਹੁਤ ਸੋਹਣੇ ਟੂਲ ਲੱਗੇ ਹੋਏ ਨੇ, ਵਾਹ ਜੀ ਵਾਹ। ਦੋਸਤੋ ਵੀਡੀਓ ਦੀ ਸ਼ੁਰੂ ਤੋਂ ਕੈਂਡ ਤੱਕ ਦੇਖਿਓ, ਵੀਡੀਓ ਦੇਖਣ ਵਾਲੀ ਹੈ ਵਿਸ਼ਕਰਮਾ ਵਾਲਿਆਂ ਦਾ 741 ਸੱਟਾ ਰਿਪਰ ਹੈ, ਠੀਕ ਹੈ ਜੀ। ਅਤੇ ਲਓ ਜੀ ਦੋਸਤੋ ਇੱਦਾਂ ਖੜ ਗਿਆ, ਉਸ ਤੋਂ ਬਾਅਦ ਤੁਸੀਂ ਲੋਕ ਦੇਖ ਸਕਦੇ ਹੋ, ਲੋਕ ਖੋਲ੍ਹ ਕੇ ਦਿਖਾਉਣਾ ਤੁਹਾਨੂੰ ਜੀ। ਅਤੇ ਦੋਸਤੋ ਇਹਦੇ 'ਚ ਆਪਾਂ ਬਹੁਤ ਵਧੀਆ ਫਰ ਲੱਗੇ ਹੋਏ ਨੇ ਇਹਦੇ ਵਿੱਚ ਜੀ, ਠੀਕ ਹੈ। ਅਤੇ ਦੇਖ ਸਕਦੇ ਹੋ 3.5 mm ਦੀ ਚਾਦਰ ਦਾ ਤਿਆਰ ਕੀਤਾ ਫਰ ਹੈ ਜੀ ਇਹ, ਠੀਕ ਹੈ। ਵਧੀਆ ਡਾਂਡੀਆਂ ਲੱਗਿਆ ਹੋਇਆ, ਹਰ ਇੱਕ ਚੀਜ਼ ਦੀ ਫੈਸਿਲਿਟੀ ਬਹੁਤ ਪਲੱਸ ਕੀਤੀ ਹੋਈ ਹੈ। ਅਤੇ ਪੱਖੇ ਦਾ ਬਲੋਰ ਦੀ ਜਿਹੜੀ ਚਾਦਰ ਲੱਗੀ ਹੋਈ ਹੈ ਜੀ, ਇੱਕ ਸਾਈਜ਼ ਬਹੁਤ ਹੁੰਦੀ ਹੈ, ਉਹ 4.5 mm ਦੀ ਲੱਗੀ ਹੋਈ ਹੈ, 4 mm ਦੀ ਲਗਭਗ ਬਹੁਤ ਹੈਵੀ ਲੱਗੀ ਗਈ ਹੈ, ਬਲੋਰ ਵੀ ਕਾਫੀ ਬੜਾ ਬਲੋਰ ਲੱਗਿਆ ਹੈ ਇਹਦੇ ਵਿੱਚ ਜੀ। ਅਤੇ ਇਹਦਾ ਸਾਈਜ਼ ਵੀ ਕਾਫੀ ਜ਼ਿਆਦਾ ਹੈ ਜੀ, ਠੀਕ ਹੈ। ਤਾਂ ਜੋ ਕੋਈ ਵੀ ਕੋਈ ਗਿੱਲਾ ਬਾਣ ਹੁੰਦਾ ਹੈ ਤਾਂ ਉਹ ਇਹ ਪੱਖਾ ਆਰਾਮ ਨਾਲ ਉਹਨੂੰ ਮੇਨਟੇਨ ਕਰ ਲੈਂਦਾ ਜੀ।
उस तो बाद हुक वाली चादर की गल करा तो 10 mm का हैवी हुक वाला हुक लगी हुई है, हुक वाला चैनल लगे बैक साइड जी, तो बैग रेविटर दिते हुए साइड पर रात में नेरे च पता लग जाते मशीन कितने जा रही है कि मैं देखते मतलब सब कुछ चमकता है फिर दिखा भी देना इधरों जी देख सकते हो जी तो विश्वकर्मा ठीक है 741 है बहुत सोहना लिखा है जी विश्वकर्मा इंडस्ट्री बैक साइड फील्ड बड़ी सोहनी लगी हुई है तो सर्टिफाइड कंपनी है जी ठीक है। उस तो बाद टूल हर एक उस तो बाद मैं डिस्चार्ज चुकर की गल करा तो सुपर वाई डिलक्स मॉडल है जी ये शॉकर पैप की गल करा कवर किए शॉकर ने ये कोई स्परिंग वाला नहीं अंदरूनी स्परिंग पाया हुआ है जी जिसकी कोई दिक्कत भी नहीं आती बाहर फुट भर जो हो जाती पर पता भी लगना आपको शॉकर सा इस दिखा ना देखो दोस्तों इन्ना स्मूथली काम कर रहा देखो आ मैं देख सकता भी आराम नाल ये चीज़ा कई बार कुछ होंगे जी शॉकर होंगे पान रखते हैं थले डेग के सट मार देंगे पर यह बहुत ही आरामदायक चीज़ है बॉडी से किसी तरीके भी कोई प्रॉब्लम नहीं आती ठीक है जी। डिस्चार्ज किस हिसाब से तैयार किया गया बैलेंस किया गया उस तो बाद मैं गैडरम की गल करा जो गैडरम लगे हुआ है दोस्तों वह एक चादर तो जो तैयार किया जाता है उसकी एक चादर मोड़ के ही तैयार किया जाता है ठीक है चार पहलू गैडरम यदा ठीक है। तो उस तो बाद बैल करंक की गल करा बहुत सारी दिखाई बैल करंक लगी है बड़े एंड लगे हुए हैं हैवी डंडा लगे हुआ है केम सावट लगी है केम सावट के साथ केम सावट के दो पास अपन बैरिंग लगे हुए हैं ठीक है जी। तो एक चीज़ होर होना चाहना मैं तुम देख सकते हो तो लो जी तो वधिया एंड लगे हुए हैं तो नीचे भी तुम देख सकते हो बैरिंग नाल जुड़े हुए ने है तो मैं इसमें टैंकी दिखाना चाहना हो रोल अंदर करके एवं टैंकी खुल जाती है पक्का काम है पूरा इन्हों का जी टैंकी वाला भी टैंकी है नहीं भी अपने आप खुल जूगी मतलब ए करके पूरा अंदर करके फिर पत्ती लग जाती है पूरा पक्का काम किया गया है भी टैंकी की भी दिक्कत भी अपने आप टैंकी नहीं खुलूगी ठीक है जी। तो उस तो बाद मैं घोड़ी की गल करा जी थ्रेसर वाली घोड़ी है गेयर वाली घोड़ी है जी लगी हुई है जी पूरी हैवी लाई गई है जी ठीक है बैल्टों बारे दसाया गया जी इन्हों बारे कि बैल्ट किन्ने कितने पूगी तीन ठीक है गेयर की फ्लोर की कटर की गैडरम की रील की ठीक है जी। तो आज दोस्तों ये है विश्वकर्मा वाले का 741 सट्टा रिपर 2021 मॉडल ठीक है जी।